ਜ਼ਿਲ੍ਹਾ ਕਪੂਰਥਲਾ ਦੇ ਇੱਕ ਪਿੰਡ ਵਿੱਚ ਪਾਣੀ ਅਤੇ ਵੱਟ ਦੇ ਮਾਮਲੇ ਨੂੰ ਲੈ ਕੇ ਦੋ ਕਿਸਾਨ ਧਿਰਾਂ ਆਹਮੋ ਸਾਹਮਣੇ ਆ ਗਈਆਂ, ਜਿਨ੍ਹਾਂ ਦੇ ਵਿੱਚ ਗਹਿ ਗੱਚਵੀਂ ਲੜਾਈ ਹੋਈ ਆ। ਇਸ ਲੜਾਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਵੱਖ ਵੱਖ ਵਾਹਨ ਨੇ ਉਹ ਟੁੱਟੇ ਪਏ ਨੇ ਖੇਤਾਂ ਦੇ ਵਿੱਚ, ਔਰ ਇਸ ਦੇ ਨਾਲੇ ਦੱਸਿਆ ਜਾ ਰਿਹਾ ਕਿ ਇੱਥੇ ਬਹੁਤ ਜ਼ਬਰਦਸਤ ਝਗੜਾ ਹੋਇਆ। ਇੱਕ ਪਾਸੇ ਟਰੈਕਟਰ ਸੀ, ਦੂਜੇ ਪਾਸੇ ਗੱਡੀਆਂ ਸੀ, ਔਰ ਇਹਦੇ ਵਿੱਚ ਤੇਜ਼ ਤਰ ਹਥਿਆਰਾਂ ਦੀ ਵਰਤੋਂ ਵੀ ਹੋਈ ਆ, ਜਿਹਦੇ 'ਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਨਾਲ ਦੋ ਜਿਹੜੇ ਆਗੂ ਉਹ ਦੱਸੇ ਜਾ ਰਹੇ ਆ, ਇੱਕ ਸਰਪੰਚ ਇੱਕ ਸਾਬਕਾ ਸਰਪੰਚ ਦੱਸੇ ਜਾ ਰਹੇ ਆ। ਅਤੇ ਇਹ ਪਾਣੀ ਦਾ ਮਾਮੂਲੀ ਝਗੜਾ ਸੀ ਦੱਸਿਆ ਜਾ ਰਿਹਾ, ਜਿਹੜਾ ਕਿ ਇੰਨਾ ਵੱਧ ਗਿਆ ਕਿ ਇੱਥੋਂ ਤੱਕ ਤਲਵਾਰਾਂ ਖਿੱਚੀਆਂ ਗਈਆਂ ਅਤੇ ਲਗਭਗ 4 ਜਿਹੜੇ ਲੋਕ ਆ ਜ਼ਖਮੀ ਹੋ ਗਏ, ਕੁਝ ਲੋਕ ਤਾਂ ਗੰਭੀਰ ਜ਼ਖਮੀ ਵੀ ਹੋਏ ਆ। ਅਤੇ ਇਸ ਮੌਕੇ ਦੇ ਉੱਤੇ ਗੋਲੀਆਂ ਚੱਲਣ ਦੀ ਵੀ ਜਿਹੜੀ ਆ ਉਹ ਦਾਅਵਾ ਕੀਤਾ ਜਾ ਰਿਹਾ, ਜਿਹਦੀ ਕਿ ਪੁਲਿਸ ਜਿਹੜੀ ਜਾਂਚ ਕਰ ਰਹੀ ਆ, ਹਾਲੇ ਤੱਕ ਪੁਸ਼ਟੀ ਤਾਂ ਨਹੀਂ ਹੋਈ। ਅਤੇ ਆਓ ਦੇਖਦੇ ਹਾਂ ਇਸ ਮਾਮਲੇ ਵਿੱਚ KS ਕੌੜਾ ਦੀ ਵਿਸ਼ੇਸ਼ ਰਿਪੋਰਟ। ਕਪੂਰਥਲਾ ਤੋਂ ਪੱਤਰਕਾਰ ਨੇ KS ਕੌੜਾ, ਜਿਹੜੇ ਸੁਲਤਾਨ ਬਲੋਦੀ ਅਤੇ ਆਸੇ ਪਾਸੇ ਦੇ ਇਲਾਕੇ ਤੋਂ ਇਹ ਖਾਸ ਖਬਰਾਂ ਜਿਹੜੀਆਂ ਤੁਹਾਡੇ ਲਈ ਲੈ ਕੇ ਆਏ ਨੇ, ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ। ਮੈਂ ਡਾਕਟਰ ਗੁਰਵਿੰਦਰ ਕੌਰ, ਐਮਰਜੈਂਸੀ ਮੈਡੀਕਲ ਆਫਿਸਰ, ਸਿਵਲ ਹੋਸਪਿਟਲ ਸੁਲਤਾਨਪੁਰ ਲੋਧੀ। ਮੈਂ ਕੱਲ੍ਹ ਰਾਤ ਐਮਰਜੈਂਸੀ ਡਿਊਟੀ 'ਤੇ ਸੀਗੀ ਇੱਥੇ, ਅਤੇ ਰਾਤੀ ਤਕਰੀਬਨ 1:15 ਵਜੇ ਫੱਤੂ ਢੀਂਗਾ ਦੀ ਪੁਲਿਸ ਅਤੇ ਕੁਛ ਲੋਕ ਸੀਗੇ, ਦੋ ਮਰੀਜ਼ਾਂ ਨੂੰ ਸਾਡੇ ਕੋਲ ਲੈ ਕੇ ਆਏ। ਦੁਰਗਾਪੁਰ ਦੇ ਵਿੱਚ ਲੜਾਈ ਹੋਈ ਸੀਗੀ ਅਤੇ ਗੁਰਮੇਲ ਸਿੰਘ ਸੀ ਪੇਸ਼ੈਂਟ ਦਾ ਨਾਮ, ਇੱਕ ਪੇਸ਼ੈਂਟ ਦਾ ਨਾਮ ਸੀਗਾ ਨਿਸ਼ਾਨ ਸਿੰਘ। ਜਿਹੜਾ ਗੁਰਮੇਲ ਸਿੰਘ ਪੇਸ਼ੈਂਟ ਸੀ ਉਹ ਕਾਫੀ ਸੀਰੀਅਸ ਸੀਗੇ, ਉਹਨਾਂ ਨੂੰ ਤਾਂ ਮੈਂ ਮੌਕੇ 'ਤੇ ਹੀ ਰੈਫਰ ਕਰ ਦਿੱਤਾ ਸੀ ਇੰਜਰੀਜ਼ ਨੋਟ ਕਰਕੇ। ਨਿਸ਼ਾਨ ਸਿੰਘ ਪੇਸ਼ੈਂਟ ਨੂੰ ਮੈਂ ਇੱਥੇ ਅੰਡਰ ਓਬਜ਼ਰਵੇਸ਼ਨ ਰੱਖਿਆ ਸੀ, ਉਹਨਾਂ ਨੂੰ ਆਰਥੋਪੈਡਿਕ ਸਰਜਨ ਦੀ ਓਪੀਨੀਅਨ ਦੀ ਲੋੜ ਸੀ। ਅਤੇ ਅੱਜ ਮੋਰਨਿੰਗ ਉਹਨਾਂ ਦਾ ਓਪੀਨੀਅਨ ਹੋਇਆ, ਐਕਸਰੇ ਸਭ ਹੋਏ, ਅਤੇ ਉਹਨਾਂ ਨੂੰ ਵੀ ਹਾਇਰ ਸੈਂਟਰ ਦੀ ਲੋੜ ਸੀਗੀ, ਇਸ ਕਰਕੇ ਐਜ਼ ਪਰ ਓਪੀਨੀਅਨ ਉਹਨਾਂ ਨੂੰ ਵੀ ਰੈਫਰ ਕਰ ਦਿੱਤਾ ਗਿਆ ਆ। ਬਾਕੀ ਐਜ਼ ਸੂਨ ਐਜ਼ ਵੀ ਗੈਟ ਉਹਨਾਂ ਦੀਆਂ ਰਿਪੋਰਟਸ, ਆਪਾਂ ਫਰਦਰ ਦੇਖਾਂਗੇ ਕਿ ਮਾਮਲਾ ਸਾਰਾ ਕੀ ਹੈ ਇੰਜਰੀਜ਼ ਦਾ। ਇਹ ਲੱਤਾਂ ਦੇ ਵਿੱਚ ਹੈ ਅਤੇ ਹੱਥ 'ਤੇ, ਇੱਕ ਪੇਸ਼ੈਂਟ ਦੀਆਂ ਅਤੇ ਦੋਨੋਂ ਹੀ ਲੱਤਾਂ ਆਲਮੋਸਟ ਇਹਨੂੰ ਕਹਿ ਲਓ ਡਿਸਟਰੋਏ ਹੋ ਚੁੱਕੀਆਂ ਆ, ਅਤੇ ਇੱਕ ਦੀ ਬਾਂਹ 'ਤੇ ਕਾਫੀ ਸੱਟ ਸੀਗੀ। ਬਾਕੀ ਫਰਦਰ ਇਨਵੈਸਟੀਗੇਸ਼ਨਸ ਹੋਊਗੀਆਂ, ਫਿਰ ਆਪਾਂ ਨੂੰ ਸਾਰਾ ਡਿਟੇਲ 'ਚ ਪਤਾ ਲੱਗੇਗਾ। ਆਪਣੇ ਪਿੰਡ ਸੀ ਘਰੇ, ਸਾਨੂੰ ਬੰਦਿਆਂ ਨੇ ਫੋਨ ਕੀਤਾ ਵੀ ਪਿੰਡ 'ਚ ਬੰਦੇ ਨਾ ਸੱਦਿਆ ਸਰਪੰਚ ਜਿਹੜਾ ਉੱਧਰ ਮਿਲ ਚਾਲ, ਸਾਡੇ ਪੰਚਾਇਤੀ ਪੈੜੀ ਜਿਹੜੀ ਸੀ ਉਹ ਠੇਕੇ ਦੇ ਨੇ ਚੜ੍ਹੀ, ਅਤੇ ਉਹਦੀ ਮੋਟਰਾਂ ਸੀ ਅਸੀਂ ਬੰਦ ਕੀਤੀਆਂ, ਕੋਈ ਚਲਾਵੇ ਨਾਲ ਮੋਟਰ ਖਰਾਬ ਹੋਈ। ਅਸੀਂ ਸਾਰੀ ਪੰਚਾਇਤ ਨੇ ਇਤਲਾਹ ਕਰਕੇ ਤੋਂ ਚੱਲੇ ਸੀ, ਉਹ ਪਾਣੀ ਧੱਕੇ ਨਾਲ ਆਉਂਦਾ ਸੀ, ਅੱਗੇ ਨੂੰ ਛਪੰਜੇ ਵੀ ਧੱਕੇ ਨਾਲ ਆਉਂਦੇ। ਮੈਂ ਘਰੇ ਸੀ, ਘਰੋਂ ਮੈਨੂੰ ਫੋਨ ਕੀਤਾ, ਮੈਂ ਵੀ ਚੜ੍ਹੇ ਗਿਆ, ਹੋਰ ਬੰਦੇ ਵੀ ਆ ਗਏ ਵੀ ਪਿੰਡੋਂ ਪਾਸੋਂ ਬੰਦੇ ਲੈ ਕੇ ਆਇਆ ਵਾ, ਉਹਨੇ ਆਣ ਕੇ ਅਸੀਂ ਘਰੋਂ ਗਏ ਉੱਧਰ ਗਏ ਹਾਂ, ਮੋਟਰਸਾਈਕਲ ਵੀ ਗਏ ਵੀ ਚੱਲੀ ਦੀਆਂ ਤਾਰਾਂ ਵੀ ਲਾ ਦੀ ਗ੍ਰਿਪ ਫੜ ਲਈ, ਅਸੀਂ ਆਪਣੇ ਟਰੈਕਟਰਾਂ ਇੱਦਾਂ ਗਏ ਹਾਂ। ਉਹਨੇ ਗਾੜੀਓ ਫਾਇਰ ਕੀਤੇ, 5-6 ਫਾਇਰ ਕੀਤੇ ਸਾਡੇ ਖੁਦ ਦੇ ਟਰੈਕਟਰਾਂ ਨੂੰ ਕੀਤੇ, ਮੇਰੇ ਵੀ ਤਾਂ ਕੋਲ ਹੀ ਲੰਘ ਗਿਆ ਅਤੇ ਟਰੈਕਟਰ ਦੇ ਵਜੇ ਫਾਇਰ ਜੀ ਹੁਣ ਖੁਦ ਦੇ ਕੀਤੇ, ਫਿਰ ਥੱਲੇ ਉੱਤਰ ਕੇ ਟਰੈਕਟਰਾਂ ਦੇ ਵਿਹਲੇ ਹੋ ਗਏ। ਅਤੇ ਫਿਰ ਇੱਕ ਵਾਰ ਉਹਨੇ ਮੇਰੇ ਦਾਤਰ ਸੀ ਬਾਬਾ ਲੰਬਾ ਸਾਰਾ ਮਾਰਿਆ, ਮੈਂ ਮਸੀ ਵਜਾ ਵੀ ਦਾਤਰ ਇੱਥੇ ਵਜਾ, 12-13 ਟਾਂਕੇ ਲੱਗੇ ਆ, ਇੱਕ ਹੱਥ ਚੂਹੀ 'ਤੇ ਵੱਜੀ ਫਿਰ ਵੱਜ ਗਿਆ, ਉਹਦਾ ਕਰਕੇ ਬਚਾਅ ਹੋ ਗਿਆ, ਇਹ ਧੱਕੇਸ਼ਾਹੀ ਦੇ ਨਾਲ ਜੋ ਵੀ ਕੀਤਾ ਇਹਨਾਂ ਧੱਕੇਸ਼ਾਹੀ ਨਾਲ ਕੀਤਾ ਵਾ। ਕੋਈ ਸਾਡਾ ਇਹੋ ਜਿਹਾ ਹੈ ਨਹੀਂ ਸੀ, ਪਿੰਡ ਵਾਸੀ ਸਾਰਾ ਪਿੰਡ ਸੀਗਾ ਵੀ ਇੱਕ ਨਹੀਂ ਵੀ ਜਿੱਦਾਂ ਮੀਨ ਹੈਗਾ ਵਾ ਵੀ ਜਾਂ ਕੋਈ ਲਾਡ ਕੋਈ ਇੰਨਾ ਰਹਿ ਦਿੱਤੀ। ਅੱਗੇ ਇਹਨੇ ਧੱਕੇ ਨਾਲ ਇਸ ਪੈਂਦੇ ਉਹ ਵੀ ਕੇਸ ਇਹਦੇ 'ਚ ਲੜਿਆ ਸੀਗਾ ਪੰਚਾਇਤ ਦਾ, ਅਤੇ ਇਸ ਕਰਕੇ ਇਹ ਕਹੇ ਵੀ ਜਿਹੜੀ ਮੋਟਰ ਵਾਲੀ ਕੱਲ੍ਹ ਨੂੰ ਵੀ ਸੜ ਗਈ ਜ਼ਿੰਮੇਵਾਰ ਕੋਈ ਨਹੀਂ ਬਣਨਾ, ਵੀ ਕੱਲ੍ਹ ਨੂੰ ਪੰਚਾਇਤ ਆਉਣੀ ਇੱਥੇ ਮੇਰੇ ਘਰੋਂ ਮੈਂਬਰ ਪੰਚਾਇਤ ਆ, ਅਸੀਂ ਸਾਰੇ ਮੈਂਬਰ ਅਤੇ ਹੋਰ ਪਿੰਡ ਦੇ ਜਿਹੜੇ ਮੋਹਰਵਾਰ ਸੀਗੇ ਬੰਦੇ ਸਾਰੇ ਗਏ ਹਾਂ। ਅਤੇ ਇਹਨੇ ਰਫਲ ਦੇ ਨਾਲ ਖੈਰ ਕੀਤੇ ਆ, ਨਾਲ ਪਾਸੇ ਬੰਦੇ ਮੰਗਵਾਏ ਸੀ, 3-4 ਗੱਡੀਆਂ ਮੰਗਵਾਈਆਂ ਉਹ ਵੀ ਉੱਥੇ ਪਈਆਂ ਵਾ, ਅਤੇ ਹੋਰ ਬੰਦੇ ਜਿਹੜੇ ਸੀਗੇ ਵੀ ਪਾਸੇ ਤੋਂ ਇਹ ਜ਼ਿਆਦਾ 1-2-4 ਬੰਦੇ ਪਿੰਡੋਂ ਆ, ਬਾਕੀ ਸਾਰੇ ਪਾਸੇ ਤੋਂ ਮਰੀਜ਼ ਲਿਆ ਕੇ ਵੀ ਅੱਗੇ ਵੀ ਇੱਦਾਂ ਹੀ ਕਰਦਾ ਤਾਂ ਹੁਣ ਵੀ ਇੱਦਾਂ ਹੀ ਅੱਗੇ ਨੇ ਕੀਤੀ ਆ। ਇਹਦਾ ਸਾਨੂੰ ਸਾਥ ਉਹਨਾਂ ਦਾ ਚਾਹੀਦਾ ਵੀ
क्यों इदा करता वा जी रिश्तेदार कोई ज्यादा वा कोई हैगा नेड़े आ तो धक्केशाही करता वा इस करके अगे भी धक्केशाही ने बहुत की पिंड ठीक है की है पूरा मामला जी ये मामला बीती रात दरमैनी रात को सबका सरपंच ने सरदार गमेल सिंह चाल उन्होंने हमला होया काफ़ी दो जने से जहाँ का काफ़ी नुकसान होया उन्होंने दोनों लत्त इंजर्ड हुई सिर पर सट्टा लगियां तो नाल एक सरपंच सन कड़ाह कलांदे उन्हों की बांह जी वो डैमज हुई है दोष की ने जी दोष इन्हों का पुराना पंचायती झगड़ा चलता है जोड़ा मौजूदा सरपंच की वाइफ हैगी उन्होंने शिकायत की सरपंच की भी वो इनू बीडीओ संबंधित उन्होंने रिकमेंडेशन की उपर भी वो कुछ पाया गया घपला तो उस संबंध में इन्हों की टसलबाजी चलती है ये परचा 17 जन तो 22 नेम है तो 10 जन तो अणपछाते ने जिन्हें किया ऑफेंस है 307, 379, 326, 324, 148, 149, 349, 506 ये मुकदमा गिरफ्तारी है जो हाल की घड़ी फरार सारे दोषी जो फरार ने जिस तरह दस रहे रात में 11 बजे झगड़ा हो रहा वा तो उत्थे जिहड़ियां कुछ गड्डियां सी तो ट्रैक्टर गड्डियां दे विच मार के जिहड़ी भंड तोड़ कीती की कारण होया कि उत्थे पानी ला रहे सी जां की कारण सी ये पानी ला रहे सी गड्डियां दे विच जिहड़ियां उहनां दीआं 4-5 गड्डियां सन इह दोनों दोस्त सन एक दो ते बाकी पिंड दे ही रहण वाले सी इहनां दीआं 4 गड्डियां सी उह ट्रैक्टर नाल मार मार के तोड़ दित्तियां गईआं ते जिहड़े गुरमेल सिंह साहब का सरपंच उहनां ते मार देण दी नीत नाल उहनां दे ट्रैक्टर चढ़ाया गया जिहनां दीआं दोनों जिहड़ियां लत्तां ने पूर्ण तौर ते जिहड़ियां डैमेज हो गईआं ने तोड़तियां गईआं बिल्कुल जी तेज हथियार हथियारा कृपाना बेसबाल ते दातरां दा इस्तेमाल होया जी कोई वीडियो सामने आई कोई जी नहीं हजे तक मेरे को कोई एहोजी वीडियो नहीं सामने आई कोई गोलीबारी दी भी कोई घटना कोई सामने आई गोलीबारी दी तस्दीक कर रहे हैं जी हाँ जी ਨੇ ਦੱਸਿਆ ਜਾ ਰਿਹਾ ਕਿ ਅਗਲੀ ਸਾਈਡ ਤੋਂ ਗੋਲੀ ਵੀ ਚੱਲੀ ਉਹਦੇ ਕਾਰਨ ਮਤਲਬ ਜਿਹੜੀ ਲੜਾਈ ਦਾ ਕਾਰਨ ਇਹੋ ਜੀ ਕੋਈ ਗੋਲੀ ਨਹੀਂ ਪਰ ਇਹ ਜ਼ਰੂਰ FIR ਦੇ ਵਿੱਚ ਆਇਆ ਹੈਗਾ ਵੀ ਰਾਈਫਲ ਸੀ ਉਹਨਾਂ ਦੀ ਗੁਰਮੇਲ ਸਿੰਘ ਉਹਨਾਂ ਦੀ ਤੇ ਉਹਨਾਂ ਦੇ ਦੋਸਤ ਦੀ ਉਹ ਦੂਸਰੀ ਪਾਰਟੀ ਜਿਹੜੀ ਉਹ ਨਾਲ ਲੈ ਗਈ ਸੀ ਕੋਈ ਕਿਸ ਤਰ੍ਹਾਂ ਦੇ ਰੌਂਦ ਬਰਾਮਦ ਜਾ ਕੇ ਨਹੀਂ ਇਹੋ ਜੀ ਕੋਈ ਹਜੇ ਬਰਾਮਦਗੀ ਨਹੀਂ ਹੋਈ ਬੋਲੇ ਸੋਨੀਹਾ